गुरदासपुर के बटाला विच चोरी का मामला सामने आया है, जिथे चोरों वालों एक बंद घर विच गहने 1,00,000 रुपया नकदी अते होर कीमती समान चोरी कर लिया गया है। पुलिस ने मौके ते आके जांच शुरू कर दी है अते परिवारक मैंबरां दा कहना है कि उन्हां दे घर दे नज़दीक हमेशा ही नशेड़ी लोग बैठे रहिंदे हन। उन्हां नूं शक है कि इन्हां लोकां वल्लों ही चोरी कीती गई है। ਨਾਮ ਮਨਪ੍ਰੀਤ ਸਿੰਘ ਆ, ਸੰਤ ਨਗਰ ਤੋਂ ਰਹਿਣ ਵਾਲੇ ਆ। ਇਹ ਮੇਰੇ ਵੱਡੇ ਭਰਾ ਦਾ ਘਰ ਆ, ਠੀਕ ਜੀ। ਉਹਨਾਂ ਨਾਂ ਸੰਦੀਪ ਸਿੰਘ ਜੀ। ਕੀ ਮਾਮਲਾ ਹੈ? ਮਾਮਲਾ ਇਹ ਵਾ ਕਿ ਮੰਨ ਲਓ 12 ਵਜੇ ਇਹ ਵੋਟ ਪਾਉਣ ਗਏ ਸੀ, ਠੀਕ ਹੈ। 12 ਵਜੇ ਲੋਕ ਲਾ ਕੇ ਵੋਟ ਪਾਉਣ 'ਚ ਲੱਗੇ ਆ, ਉੱਥੋਂ ਬਾਅਦ 'ਚੋਂ ਇਹ ਆਪਣੇ ਉੱਥੇ ਪੇਕੇ ਚਲੇ ਗਏ ਨੇ, ਠੀਕ ਹੈ। ਅਤੇ ਬਾਅਦ 'ਚੋਂ ਘਰ ਤਾਲਾ ਲੱਗਾ ਸੀ, ਹੈਂ। ਅਤੇ ਬਾਅਦ 'ਚੋਂ ਇਹ ਆਏ ਅਤੇ 3:30-3 ਵਜੇ ਨਾਲ ਆਏ ਆ। ਆਣ ਕੇ ਦੇਖਿਆ ਸਾਰਾ ਤਾਲਾ ਟੁੱਟਾ ਸੀ, ਤੋੜ ਕੇ ਅੰਦਰੋਂ ਸਾਰਾ ਸਮਾਨ ਉਹਨਾਂ ਖਰਾਬ ਕਰਕੇ ਜੋ ਕੁਛ ਹੈਗਾ ਸੀ ਅੰਦਰੋਂ ਉਹ ਕੱਢ ਕੇ ਲੈ ਗਏ ਆ। ਨੁਕਸਾਨ ਹੈਗਾ ਸੀ 5 ਤੋਲੇ ਸੋਨਾ ਸੀ, ਠੀਕ ਜੀ। ਐਂ ਤਾਂ 70,000 ਰੁਪਇਆ ਭਰਾ ਮੈਂ ਰਾਤੀ ਲੈ ਕੇ ਆਇਆ ਸੀ, ਅੱਗੋ 30-35,000 ਇਹਨਾਂ ਘਰ ਪਹਿਲਾਂ ਪਿਆ ਸੀ, ਜਾਣੀ ਕਿ 1,00,000 ਰੁਪਏ ਲੈ ਗਏ ਨੇ। ਐਂ ਤਾਂ 5 ਤੋਲੇ ਸੋਨਾ ਲੈ ਗਏ ਆ। ਪੁਲਿਸ ਕੰਪਲੇਂਟ ਲਈ 4 ਵਜੇ ਅਸੀਂ ਪੁਲਿਸ ਨੂੰ ਫੋਨ ਕੀਤਾ, ਹਾਲੇ ਤੱਕ ਪੁਲਿਸ ਆਈ ਨਹੀਂ ਹੈਗੀ। ਹਾਲੇ ਤੱਕ ਉਹ ਆਉਂਦੇ ਕਿ ਸਾਰੇ ਥਾਣੇ ਆਓ, ਹਾਂਜੀ। ਅਤੇ ਇੱਥੇ ਜਿਹੜੇ ਮੰਨ ਲਓ ਸਾਰੀ ਦਿਹਾੜੀ ਇੱਥੇ ਮੁੰਡੇ ਬਹਿ ਰਹਿੰਦੇ ਨੇ, ਠੀਕ ਹੈ। ਸਾਰਾ ਦਿਨ ਨਸ਼ਾ ਕਰਦੇ ਨੇ, ਨਸ਼ਾ ਵੇਚਦੇ ਨੇ ਇੱਥੇ, ਤੇ ਕੋਈ ਨਹੀਂ ਇੱਥੇ ਆਉਂਦਾ। ਹਾਂਜੀ, ਇਸ ਸੰਬੰਧੀ ਅਸੀਂ ਕੰਪਲੇਂਟ ਕੋਈ ਨਹੀਂ ਕੀਤੀ। ਅਸੀਂ ਕਾਫੀ ਜਣੇ ਇੱਥੋਂ ਮੋੜੇ, ਇੱਥੋਂ ਬਹਿਣ ਤੋਂ, ਪਰ ਮੁੜਦਾ ਕੋਈ ਨਹੀਂ ਹੈਗਾ। ਨਾ ਇੱਧਰ ਬੰਨੇ ਕੋਈ ਪੁਲਿਸ ਵਾਲਾ ਆਉਂਦਾ, ਨਾ ਕੋਈ PCR ਵਾਲਾ ਆਉਂਦਾ, ਨਾ ਕੁਛ। ਹਾਂਜੀ, ਗਹਿਣੇ ਇਲਾਵਾ ਆਪਣੇ ਪੈਸੇ ਕੀ ਹੋਰ ਨੇ? ਹੋਰ ਬਾਕੀ ਹਾਲੇ ਸਮਾਨ ਚੈੱਕ ਨਹੀਂ ਕੀਤਾ ਹੋਇਆ, ਜੇ ਸਮਾਨ ਚੈੱਕ ਕਰਾਂਗੇ ਫਿਰ। ਹਾਂਜੀ, ਸਾਨੂੰ ਸ਼ੱਕ ਹੈ, 3-4 ਜਣਿਆਂ ਨੂੰ ਸ਼ੱਕ ਹੈ। ਕੀ ਚਾਹੁੰਦੇ ਹੁਣ? ਅਸੀਂ ਉਹ ਪੁਲਿਸ ਕੋਲ ਕਾਰਵਾਈ ਮੰਗ ਚਾਹੁੰਦੇ ਹਾਂ, ਸਾਨੂੰ ਇਨਸਾਫ ਮਿਲੇ, ਸਾਨੂੰ ਜੋ ਪਾਉਂਦੀ ਕਾਰਵਾਈ ਉਹਨਾਂ ਦੇ ਕਰੋ। ਕਿਰਨਦੀਪ ਕੌਰ, ਮੈਂ ਸੰਤ ਨਗਰ ਰਹਿਣ ਵਾਲੀ। ਕੀ ਮਾਮਲਾ? ਮਾਮਲਾ ਸਾਡੇ ਘਰੋਂ ਚੋਰੀ ਹੋ ਗਈ ਆ। ਅਸੀਂ ਪੇਕੇ ਗਏ ਸੀ ਵੋਟ ਪਾ ਕੇ, ਅਸੀਂ ਪੇਕੇ ਚਲ ਗਏ ਆ। ਪੇਕੇ ਘੁਮਾਣ ਦੇ ਲਾਗੇ ਸਖੋਵਾਲ ਪਿੰਡ ਆ, ਉੱਥੇ ਸਾਡੇ ਪੇਕੇ ਆ। ਅਸੀਂ ਉੱਥੋਂ ਗਏ ਹਾਂ, 12 ਵਜੇ ਇੱਥੋਂ ਗਏ ਹਾਂ, ਅਤੇ 3:30-4 ਵਜੇ ਅਸੀਂ ਉੱਥੋਂ ਵਾਪਸ ਆ ਗਏ ਹਾਂ। ਵਾਪਸ ਅਸੀਂ ਆਉਣ ਡੇ ਹਾਂ ਅਤੇ ਰਸਤੇ ਵਿੱਚ ਸਾਨੂੰ ਡੈਡੀ ਦਾ ਫੋਨ ਆ ਗਿਆ ਵੀ ਘਰ ਚੋਰੀ ਹੋ ਗਈ ਆ। ਅਸੀਂ ਚਾਬੀ ਡੈਡੀ ਹੁਣਾਂ ਨੂੰ ਕਹਿ ਕੇ ਗਏ ਵੀ ਸਾਡੇ ਘਰ ਵੱਲ ਰਾਖੀ ਰੱਖਿਓ। ਡੈਡੀ ਆਏ, ਫੇਰਾ ਮਾਰਨ ਡੈਡੀ ਨੇ ਜਦੋਂ ਆਣ ਕੇ ਵੇਖਿਆ ਸਾਰਾ ਘਰ ਤਾਲੇ ਖੁੱਲ੍ਹੇ ਪਏ, ਸਾਰਾ ਕੁਛ ਅੰਦਰ ਖਿਲਰਿਆ ਪਿਆ। ਸਾਡਾ ਸਾਰਾ ਗਹਿਣਾ 5,00,000-5 ਤੋਲੇ ਸੋਨਾ ਸੀ, ਉਹ ਲੈ ਗਏ ਆ। ਪੈਸੇ ਆ, ਜਿੰਨੇ ਵੀ ਨਕਦੀ ਅਲਮਾਰੀ ਵਿੱਚ ਰੱਖੀ, ਸਭ ਕੁਛ ਤੋੜ ਕੇ। LED ਵੀ ਲਾਉਣ ਪਏ ਆ, LED ਉਹਨਾਂ ਕੋਲੋਂ ਲੱਥੀ ਨਹੀਂ ਹੈਗੀ। ਬਾਕੀ ਹੋਰ ਸਮਾਨ ਅਜੇ ਵੇਖਿਆ ਨਹੀਂ ਹੈਗਾ। ਹੋਰ ਸਾਰਾ ਕੁਛ ਸਾਡਾ ਮਤਲਬ ਕਿ ਤਹਿਸ ਨਹਿਸ ਕਰਕੇ ਅਤੇ ਸਾਡਾ ਘਰ ਬਰਬਾਦ ਕਰਕੇ ਚੱਲ ਗਏ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਬਣਨ ਦੀ ਕਾਰਵਾਈ ਚੱਲ ਜਾਵੇ। ਦੀਪ ਸਿੰਘ ਸੰਤ ਨਗਰ ਰਹਿੰਦਾ ਇੱਥੇ, ਜਿਹਦਾ ਘਰ ਹੈਗਾ ਮੇਨ ਰੋਡ 'ਤੇ ਘਰ ਹੈਗਾ। ਵੋਟ ਪਾਉਣ ਵਾਸਤੇ ਗਏ ਸੀਗੇ ਅਤੇ ਇਹਨਾਂ ਨੇ ਸਾਨੂੰ ਦਰਖਾਸਤ ਦਿੱਤੀ ਹੈ ਕਿ ਇਹਨਾਂ ਦੇ ਘਰ ਕੋਈ ਮਗਰੋਂ ਕੋਈ ਨਾਮ ਲੋਮ ਵਿਅਕਤੀ ਜਿਹੜਾ ਉਹ ਉਹਨਾਂ ਦੇ ਕੋਲ ਗਏ ਨੇ ਅਤੇ ਪੈਸੇ ਚੋਰੀ ਕਰਕੇ ਲੈ ਗਿਆ। ਅਤੇ ਆਪਾਂ ਤਸਦੀਕ ਕਰ ਰਹੇ ਹਾਂ, ਤਸਦੀਕ ਕਰਕੇ ਜੋ ਬਣਦੀ ਕਾਰਵਾਈ ਆਪ ਤੋਂ ਲੈਂਦੀ ਹੈ, ਉਹ ਵੈਰੀਫਾਈ ਕਰ ਰਹੇ ਹਾਂ। ਨਹੀਂ, ਸਾਡਾ ਮੌਕਾ ਵੇਖਿਆ, ਅਜੇ ਨਹੀਂ ਫੜਨ ਕਰ ਰਹੇ ਹਾਂ।